ਸਤਿ ਸ਼੍ਰੀ ਅਕਾਲ ਜੀ, ਕੁਲਵਿੰਦਰ ਸਿੰਘ ਓਮ ਗਲੋਬਲ ਤੋਂ। ਅੱਜ ਦੀ ਜਿਹੜੀ ਸਾਡੀ ਵੀਡੀਓ ਉਹਨਾਂ ਸਾਰੇ ਐਪਲੀਕੈਂਟਸ ਲਈ ਹੈ ਜਿਨ੍ਹਾਂ ਨੇ ਆਸਟ੍ਰੇਲੀਆ ਦੇ ਵਿੱਚ ਪ੍ਰੋਟੈਕਸ਼ਨ ਵੀਜ਼ੇ ਦੀ ਐਪਲੀਕੇਸ਼ਨ ਪਾਈ ਹੋਈ ਹੈ ਅਤੇ ਕਿਸੇ ਨਾ ਕਿਸੇ ਬ੍ਰਿਜਿੰਗ ਵੀਜ਼ਾ 'ਤੇ ਆਪਣੀ ਐਪਲੀਕੇਸ਼ਨ ਦੇ ਆਊਟਕਮ ਦੀ ਵੇਟ ਕਰ ਰਹੇ ਹੈ। ਬਹੁਤ ਜ਼ਿਆਦਾ ਐਪਲੀਕੈਂਟ ਆ ਜਿਨ੍ਹਾਂ ਦੀ ਐਪਲੀਕੇਸ਼ਨ ਡਿਪਾਰਟਮੈਂਟ ਕੋਲ ਆ, ਜਾਂ ਕਾਫੀ ਐਪਲੀਕੈਂਟ ਆ ਜਿਨ੍ਹਾਂ ਨੇ ਆਪਣੀ ਐਪਲੀਕੇਸ਼ਨ AAT ਦੇ ਵਿੱਚ ਰਿਵਿਊ ਦੇ ਲਈ ਜਾਂ ਫੈਡਰਲ ਦੇ ਵਿੱਚ ਪਾਈ ਹੋਈ ਹੈ। ਤਾਂ ਇੱਦਾਂ ਦੇ ਐਪਲੀਕੈਂਟ ਕਿਸੇ ਨਾ ਕਿਸੇ ਬ੍ਰਿਜਿੰਗ ਵੀਜ਼ਾ 'ਤੇ ਏ 'ਤੇ, ਸੀ 'ਤੇ, ਈ 'ਤੇ ਆਪਣੀ ਰਿਜ਼ਲਟ ਦੀ ਵੇਟ ਕਰ ਰਹੇ ਹੈਗੇ ਆ। ਰੀਸੈਂਟ ਟ੍ਰੈਂਡਸ ਦੇ ਵਿੱਚ ਦੇਖਣ ਨੂੰ ਆਇਆ ਵੀ ਡਿਪਾਰਟਮੈਂਟ ਪ੍ਰੋਟੈਕਸ਼ਨ ਵੀਜ਼ਾ ਦੀਆਂ ਐਪਲੀਕੇਸ਼ਨਸ ਨੂੰ ਜਲਦੀ ਜਲਦੀ ਉਹਨਾਂ ਦੇ ਆਊਟਕਮ ਦੇ ਕੇ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇੱਦਾਂ ਦਾ ਟ੍ਰੈਂਡ ਕੰਟੀਨਿਊ ਕਰੂਗਾ ਵੀ ਜਿਹੜੀਆਂ ਤੁਹਾਡੀਆਂ ਐਪਲੀਕੇਸ਼ਨਸ ਜ਼ਿਆਦਾ ਲੰਬੇ ਸਮੇਂ ਦੇ ਲਈ ਵੇਟਿੰਗ ਦੇ ਵਿੱਚ ਨਹੀਂ ਰਹਿਣਗੀਆਂ ਅਤੇ ਤੁਹਾਡੀ ਐਪਲੀਕੇਸ਼ਨ ਦੇ ਆਊਟਕਮ ਡਿਪਾਰਟਮੈਂਟ ਜਲਦੀ ਉਹਨਾਂ ਨੂੰ ਬੈਕਲੋਗ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰੂਗਾ। ਤਾਂ ਜੇਕਰ ਤੁਸੀਂ ਵੀ ਆਸਟ੍ਰੇਲੀਆ ਦੇ ਵਿੱਚ ਪ੍ਰੋਟੈਕਸ਼ਨ ਵੀਜ਼ੇ ਦੀ ਐਪਲੀਕੇਸ਼ਨ ਪਾਈ ਹੋਈ ਹੈ ਅਤੇ ਕਿਸੇ ਬ੍ਰਿਜਿੰਗ ਵੀਜ਼ਾ 'ਤੇ ਹੋ, ਤਾਂ ਤੁਹਾਡੇ ਲਈ ਇਹ ਜ਼ਰੂਰੀ ਹੋ ਜਾਂਦਾ ਵੀ ਤੁਸੀਂ ਹੋਰ ਕੰਟਰੀਜ਼ ਦੇ ਜਿਹੜੇ ਵੀਜ਼ੇ ਹੈਗੇ ਆ ਉਹ ਲੈ ਕੇ ਰੱਖੋ, ਸੋ ਦੈਟ ਵੀ ਇਨ ਫਿਊਚਰ ਜਾ ਕੇ ਜੇ ਕੋਈ ਆਪਸ਼ਨ ਨਹੀਂ ਬਚਦੀ ਤਾਂ ਇਹਨਾਂ ਕੰਟਰੀਜ਼ ਦੇ ਵੀਜ਼ੇ ਜਿੱਦਾਂ ਕਿ UK ਹੋ ਗਿਆ, USA ਹੋ ਗਿਆ, ਕੈਨੇਡਾ ਹੋ ਗਿਆ, ਇਹਨਾਂ ਦੇ ਵੀਜ਼ੇ ਜੇਕਰ ਤੁਹਾਡੇ ਕੋਲ ਹੋਣਗੇ ਤਾਂ ਇਹਨਾਂ ਕੰਟਰੀਜ਼ ਦੇ ਵਿੱਚ ਜਾ ਕੇ ਤੁਸੀਂ ਫਿਊਚਰ ਬਣਾ ਸਕਦੇ ਹੋ। ਜੇਕਰ ਤੁਸੀਂ ਸੋਚਦੇ ਹੋ ਵੀ ਇਹਨਾਂ ਕੰਟਰੀਜ਼ ਦਾ ਵੀਜ਼ਾ ਤੁਹਾਨੂੰ ਲੈਣਾ ਚਾਹੀਦਾ, ਇਹ ਤੁਹਾਡੇ ਲਈ ਫਿਊਚਰ ਦੇ ਵਿੱਚ ਅੱਛੀ ਆਪਸ਼ਨ ਹੋ ਸਕਦਾ, ਤਾਂ ਤੁਸੀਂ ਓਮ ਗਲੋਬਲ ਦੀ ਟੀਮ ਨਾਲ ਸੰਪਰਕ ਕਰ ਸਕਦੇ ਹੋ, ਅਸੀਂ ਤੁਹਾਨੂੰ ਇਹਨਾਂ ਕੰਟਰੀਜ਼ ਦੇ ਵੀਜ਼ਾ ਦੇ ਵਿੱਚ ਹੈਲਪ ਕਰ ਸਕਦੇ ਹਾਂ। ਸਤਿ ਸ਼੍ਰੀ ਅਕਾਲ।